ਸ੍ਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਧਿਆਨਪੁਰ ਦਾ ਨੰਬਰਦਾਰ ਵੀ ਹਾਂ ਅਤੇ ਪਿੰਡ ਦਾ ਸਰਪੰਚ ਵੀ ਹਾਂ। ਉਹਨਾਂ ਲੋਕ ਭੈਣ ਭਰਾਵਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਮੈਨੂੰ ਪਿੰਡ ਦਾ ਮੁਖੀ ਚੁਣਿਆ। ਹੋਰ ਜਿਹੜੇ ਸਾਡੇ ਪਿੰਡ ਦੇ ਕੰਮ ਆ ਉਹ ਵਿਸਤਾਰ ਨਾਲ ਮੈਂ ਦੱਸ ਰਿਹਾ ਵੀ ਜਿਹੜੇ ਪਿੰਡ ਦੇ ਕੰਮ ਹੋਣ ਵਾਲੇ ਆ। ਪ੍ਰਾਇਮਰੀ ਪੰਜਵੀਂ ਜਮਾਤ ਤੱਕ ਸਕੂਲ ਆ, ਉੱਥੇ ਬੱਚੇ ਸਾਡੇ ਗਰੀਬ ਲੋਕਾਂ ਦੇ ਪੜ੍ਹਦੇ ਆ। ਉਹਦੀ ਹਾਲਤ ਬਾਲੇ ਵਾਲੀਆਂ ਛੱਤਾਂ ਔਰ ਗਾਰਡਰ ਆ ਤਰਸਯੋਗ ਆ, ਉੱਥੇ ਤਰਪੈਲ ਪਾਈ ਆ, ਉਹਦੀ ਹਾਲਤ ਦਾ ਸੁਧਾਰ ਹੋਣਾ ਚਾਹੀਦਾ। ਔਰ ਗਰੀਬਾਂ ਦੇ ਬੱਚੇ ਪੜ੍ਹਦੇ ਉੱਥੇ ਅਮੀਰਾਂ ਦੇ ਚੰਗੇ ਵੀ ਬੱਚੇ ਪੜ੍ਹਨ, ਉਹਦਾ ਸਕੂਲ ਦਾ ਵੀ ਚੰਗੇ ਟੀਚਰ ਉੱਥੇ ਰੱਖੇ ਜਾਣ, ਜੋ ਟੀਚਰ ਦੀ ਜ਼ਿੰਮੇਵਾਰੀ ਆ ਉਹ ਟੀਚਰ ਹੀ ਸਮਝੇ, ਹੋਰ ਜ਼ਿੰਮੇਵਾਰੀਆਂ ਦੀਆਂ ਨਾ ਲਈਆਂ ਜਾਣ। ਹੋਰ ਜੀ, ਆਪਣੇ ਵਿਧਵਾ ਇੱਥੇ ਪਿਰਸਨ 750 ਰੁਪਈਆ ਵਾ, ਵਢੇਪਾ ਵੀ 750 ਰੁਪਈਆ ਵਾ, ਵਢੇਪਾ 750। ਇਹ ਪਿਰਸਨਾਂ ਘੱਟੋ ਘੱਟ ਵੀ ਦੂਜੀ ਜਦੋਂ ਦਿੱਲੀ ਸਰਕਾਰ ਦੇ ਰਹੀ ਆ, ਹਰਿਆਣਾ ਦੇ ਰਹੀ ਆ, 2500 ਰੁਪਈਆ ਇਹ ਪਿਰਸਨ ਹੋਣੀ ਚਾਹੀਦੀ ਆ। ਅਤੇ ਹੋਰ ਮਾਣ ਭੱਤਾ ਜੋ ਨੰਬਰਦਾਰ ਦਾ 1200 ਰੁਪਈਆ, ਇਹ ਵੀ 5000 ਹੋਣਾ ਚਾਹੀਦਾ। ਸਰਪੰਚ ਦਾ ਮਾਣ ਭੱਤਾ 1200 ਰੁਪਈਆ, ਉਹ 10000 ਰੁਪਈਆ ਹੋਣਾ ਚਾਹੀਦਾ ਜੋ ਸਰਪੰਚ ਦੇ ਖਰਚੇ ਆ। ਪਿੰਡ 'ਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਾ, ਬੱਚੇ ਵਿਹਲੇ ਆ, ਉਹਦੇ ਵਾਸਤੇ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਉਹਦੇ ਵਾਸਤੇ ਕੋਈ ਇੰਡਸਟਰੀ ਖੋਲ੍ਹੀ ਜਾਵੇ, ਕੋਈ ਕਾਰੋਬਾਰ ਬੱਚਿਆਂ 'ਤੇ ਖੋਲ੍ਹੀ ਜਾਵੇ, ਜੋ ਵੀ 10-12000 ਰੁਪਏ ਦੀ ਨੌਕਰੀ ਉਹਨੂੰ ਮਾਣ ਭੱਤਾ ਦਿੱਤਾ ਜਾਵੇ, ਔਰ ਸਵੇਰੇ ਜਾਵੇ ਸ਼ਾਮਾਂ ਨੂੰ ਆਪਣੇ ਘਰ ਮਾਂ ਪਿਓ ਦੇ ਵਾਸਤੇ ਕੁਝ ਲੈ ਕੇ ਆਵੇ। ਜੇ ਬੱਚੇ ਆ ਵਾਸਤੇ ਬਹੁਤ ਵੀ ਆਪਣੇ ਕੋਈ ਕੰਮ ਨਹੀਂ ਹੈਗੇ ਅਤੇ ਉਹ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਹਦੇ ਵਾਸਤੇ ਕੋਈ ਕੁਝ ਸੋਚਿਆ ਜਾਵੇ ਬੱਚਿਆਂ ਦੀ ਬੇਰੁਜ਼ਗਾਰੀ। ਅਤੇ ਕੋਈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ, ਕੋਈ ਸਕੂਲ ਦੀ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ। ਉੱਥੇ ਕੋਈ ਨਾ ਕੋਈ ਕਰਮਚਾਰੀ ਲਾਇਆ ਜਾਵੇ, ਉਹਦਾ ਤਨਖਾਹ ਪੱਤਾ ਦਿੱਤਾ ਜਾਵੇ, ਰੋਜ਼ ਦਰ ਰੋਜ਼ ਉੱਥੇ ਸਫਾਈ ਪਿੰਡ ਦੀ ਹੁੰਦੀ ਰਹੇ। ਸਫਾਈ ਦਾ ਕੋਈ ਵੀ ਆਪਣੇ ਪਿੰਡਾਂ 'ਚ ਆਮ ਪਿੰਡਾਂ 'ਚ ਹੀ ਵੇਖਿਆ ਜਾਂਦਾ ਜੀ, ਕੋਈ ਵੀ ਇੱਥੇ ਨਾ ਨੂੰ ਕੋਈ ਪੱਤਾ ਹੀ ਮਿਲਦਾ ਵਾ ਅਤੇ ਨਾ ਹੀ ਉਹਨੇ ਸਫਾਈ ਕਰਮਚਾਰੀ ਨੂੰ ਕੋਈ ਤਨਖਾਹ ਦਿੱਤੀ ਜਾਂਦੀ, ਨਾ ਕੋਈ ਕਰਦਾ ਹੀ ਆ, ਉਹ ਪੰਚਾਇਤਾਂ ਕੋਲੋਂ ਦਿੰਦੀਆਂ, ਕੋਲੋਂ ਨਹੀਂ ਦਿੱਤਾ ਜਾਂਦਾ। ਸਰਕਾਰ ਨੂੰ ਇਹਦੇ ਹੱਥ ਜੋੜ ਕੇ ਬੇਨਤੀ ਆ ਵੀ ਉਹਨਾਂ ਨੂੰ ਮਾਣ ਪੱਤਾ ਦਿੱਤਾ ਜਾਵੇ। ਹੋਰ ਜੀ, ਸਾਡੇ ਪਿੰਡ 'ਚ ਕੰਮ ਹੈ, ਪਿੰਡ 'ਚ ਸਫਾਈ, ਇਹ ਜੋ ਵੀ ਸਫਾਈ ਦਾ ਅੱਗੇ ਕਿਹਾ ਉਹਦੇ ਵਿੱਚ ਸੀਵਰੇਜ ਪੈਣ ਵਾਲਾ ਵਾ, ਰਸਤੇ ਕੁਰਿਆਂ ਦੇ ਕੁਝ ਪੱਕੇ ਆ, ਕੁਝ ਕੱਚੇ ਆ, ਕੁਝ ਪਿੰਡਾਂ 'ਚ ਵੀ ਗਲੀਆਂ ਨਾਲੀਆਂ ਪਹਿਲੀਆਂ ਇੱਟਾਂ ਲੱਗੀਆਂ, ਉੱਥੇ ਵੀ ਇੰਟਰਲੋਕ ਇੱਟ ਲੱਗੀ ਜਾਵੇ ਅਤੇ ਇਹਦੇ ਵੀ ਸਰਕਾਰ ਥੋੜ੍ਹਾ ਜਿਹਾ ਧਿਆਨ ਦੇਵੇ। ਠੀਕ ਹੈ। ਸ਼ਮਸ਼ਾਨ ਘਾਟ ਵੀ ਸਾਡੇ ਜੀ ਦੋ ਆ ਜੀ, ਉਹ ਵੀ ਉਹਨਾਂ ਦੀ ਹਾਲਤ ਉੱਦਾਂ ਹੀ ਆ ਵੀ ਤਾਂ ਪਏ ਆ ਅਤੇ ਬਣਨ ਵਾਲੀਆਂ ਵਾ, ਅਤੇ ਉੱਧਰ ਵੀ ਸ਼ਮਸ਼ਾਨ ਘਾਟਾਂ ਦੀ ਸਾਨੂੰ ਗ੍ਰਾਂਟ ਦਿੱਤੀ ਜਾਵੇ, ਅਸੀਂ ਇਮਾਨਦਾਰੀ ਨਾਲ ਆਪਾਂ ਕੰਮ ਉੱਥੇ ਕਰਾਇਆ ਜਾਵੇ ਕਿਉਂਕਿ ਬੜੀ ਹੋਈ ਜਗ੍ਹਾ ਉੱਥੇ ਦਰਖਤ ਕੁਝ ਨਾ ਕੁਝ ਲਾ ਸਕੀਏ। ਆਪਣੇ ਪਿੰਡ 'ਚ ਤੁਸੀਂ ਹਰਿਆਲੀ ਵਾਸਤੇ ਵਾਤਾਵਰਨ ਸ਼ੁੱਧ ਕਰਨ ਵਾਸਤੇ ਕਿੰਨੇ ਕੁ ਰੁੱਖ ਲਗਾਓਗੇ? ਰੁੱਖ ਜੇ ਸਰਕਾਰ ਸਾਨੂੰ ਦੇਵੇ 500 ਰੁੱਖ ਲਵਾ ਸਕਦੇ ਹਾਂ ਜੀ, ਨਰੇਗਾ ਡਾਸੀ।